ਜਦੋਂ ਵੀ ਟੋਲ ਪਲਾਜ਼ਾ ਆਉਂਦਾ ਹੈ ਤਾਂ ਜ਼ਿਆਦਾਤਰ ਲੋਕ ਇਸ ਤੋਂ ਬਚਣ ਦਾ ਤਰੀਕਾ ਲੱਭਦੇ ਨੇ। ਆਪਾਂ ਅੱਗੇ ਵੀ ਤੁਹਾਡੇ ਨਾਲ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਇਹਨਾਂ ਟੋਲ ਪਲਾਜ਼ਿਆਂ ਤੋਂ ਬਚਣ ਦੀਆਂ, ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਅੱਜ ਵੀ ਆਪਾਂ ਇੱਕ ਟੋਲ ਪਲਾਜ਼ੇ ਦੀ ਵੀਡੀਓ ਲੈ ਕੇ ਆਏ ਹਾਂ ਕਿ ਤੁਸੀਂ ਫ੍ਰੀ ਵਿੱਚ ਇਸ ਟੋਲ ਪਲਾਜ਼ੇ ਤੋਂ ਕਿਵੇਂ ਲੰਘ ਸਕਦੇ ਹੋ। ਜੀ ਹਾਂ, ਜਦੋਂ ਆਪਾਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਂ ਜਲੰਧਰ ਤੋਂ ਚੰਡੀਗੜ੍ਹ ਜਾਂਦੇ ਹਾਂ ਤਾਂ ਰਸਤੇ ਵਿੱਚ ਇੱਕ ਟੋਲ ਪਲਾਜ਼ਾ ਆਉਂਦਾ ਹੈ, ਬਛੂਆਂ ਟੋਲ ਪਲਾਜ਼ਾ। ਜੀ ਹਾਂ, ਬਛੂਆ ਜਾਂ ਬਛੂਆਂ ਟੋਲ ਪਲਾਜ਼ਾ ਇਸ ਨੂੰ ਕਹਿੰਦੇ ਨੇ। ਤੁਸੀਂ ਇਸ ਟੋਲ ਪਲਾਜ਼ੇ ਤੋਂ ਬਚਣ ਦੇ ਲਈ ਤਕਰੀਬਨ 100 ਕੁ ਮੀਟਰ ਪਿੱਛਿਓਂ ਹੀ ਆਪਣੀ ਗੱਡੀ ਖੱਬੇ ਹੱਥ ਟਰਨ ਕਰ ਲੈਣੀ। ਆਹ ਤੁਸੀਂ ਨਿਸ਼ਾਨੀਆਂ ਦੇਖ ਸਕਦੇ ਹੋ, ਲਾਗੇ ਦੁਆਬਾ ਟਾਇਰਸ ਐਂਡ ਵੀਲਸ ਦੀ ਸ਼ੋਪ ਹੈ। ਇੱਥੋਂ ਟਰਨ ਹੋ ਕੇ ਤੁਸੀਂ ਅੱਗੇ ਵਧੀ ਜਾਣਾ। ਇੱਥੋਂ ਆਪਾਂ ਰਾਈਟ ਟਰਨ ਵਜਾਣਾ। ਅੱਗੇ ਦੀ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸ ਦਈਏ ਕਿ ਇਹ ਰਸਤਾ ਜਿਹੜਾ ਨਾ ਥੋੜ੍ਹਾ ਖਰਾਬ ਆ, ਤੁਸੀਂ ਆਪਣੀ ਮਰਜ਼ੀ ਦੇਖ ਲਿਓ ਵੀ ਇੱਧਰੋਂ ਨਹੀਂ ਆਉਣਾ ਜਾਂ ਨਹੀਂ ਆਉਣਾ। ਜੇ ਤੁਹਾਨੂੰ ਬਾਹਲੀ ਐਮਰਜੈਂਸੀ ਆ, ਤੁਹਾਡੇ ਤੋਂ ਪੈਸੇ ਵਾਧੂ ਆ, ਤਾਂ ਤੁਸੀਂ ਟੋਲ ਪਲਾਜ਼ੇ ਥਾਣੀ ਹੀ ਜਾਓ। ਬਟ ਜੇ ਤੁਸੀਂ ਚਾਹੁੰਦੇ ਹੋ ਆਪਣੇ ਪੈਸੇ ਬਚਾਉਣਾ ਜਾਂ ਤੁਹਾਡੇ ਤੋਂ ਟਾਈਮ ਕਾਫੀ ਆ, ਤਾਂ ਤੁਸੀਂ ਇਸ ਰੂਟ ਰਾਹੀਂ ਆ ਸਕਦੇ ਹੋ। ਯਾਰ, ਇਹ ਟੋਲ ਪਲਾਜ਼ਿਆਂ ਤੋਂ ਬਚਣ ਦੇ ਲਈ ਜ਼ਿਆਦਾਤਰ ਰਸਤੇ ਖਰਾਬ ਹੀ ਹੁੰਦੇ ਆ। ਇਹ ਸਾਨੂੰ ਲੱਗਦਾ ਹੈ ਕਿ ਜਾਣ ਕੇ ਰਸਤੇ ਨਹੀਂ ਬਣਾਏ ਜਾਂਦੇ ਕਿ ਲੋਕ ਟੋਲ ਪਲਾਜ਼ੇ ਥਾਣੇ ਹੀ ਲੰਘਣ, ਬਟ ਇੱਕ ਗੱਲ ਦੇਖੀ ਜਾਵੇ ਕਿ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਜਿਹਨਾਂ ਦੇ ਪਿੰਡ ਲਾਗੇ ਲੱਗਦੇ ਨੇ, ਉਹਨਾਂ ਵਾਸਤੇ ਤਾਂ ਇਹ ਕਾਫੀ ਵੱਡੀ ਪ੍ਰੋਬਲਮ ਆ ਕਿ ਰਸਤੇ ਜਿਹੜੇ ਇੰਨੇ ਖਰਾਬ ਆ। ਇਹ ਆਪਾਂ ਆਪਣੀ ਗੱਲ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਉਣਾ ਚਾਹਾਂਗੇ ਕਿ ਇਹ ਰਸਤੇ ਜਿਹੜੇ ਬਣਾ ਕੇ ਰੱਖੋ। ਜਿਹਨਾਂ ਤੋਂ 4 ਪੈਸੇ ਆ ਉਹ ਤਾਂ ਟੋਲ ਪੇ ਕਰ ਦੇਣਗੇ, ਪਰ ਕਈ ਮਾਤਰ ਬੰਦੇ ਵੀ ਹੁੰਦੇ ਆ। ਤੁਸੀਂ ਇਹ ਰਸਤਾ ਦੇਖ ਸਕਦੇ ਹੋ, ਟੁੱਟਿਆ ਹੋਇਆ ਇਹ ਰਸਤਾ, ਬਟ ਇਹ ਜ਼ਿਆਦਾ ਵੱਡਾ ਰਸਤਾ ਨਹੀਂ ਆ। ਤੁਸੀਂ ਸਾਡੇ ਨਾਲ ਪੂਰੀ ਵੀਡੀਓ 'ਚ ਬਣੇ ਰਹੋ। ਆਸੇ ਪਾਸੇ ਭੰਗ ਉੱਗੀ ਹੋਈ ਆ, ਆ ਭੰਗ ਦੇ ਸ਼ੌਕੀਨ ਕਿਤੇ ਇੱਥੇ ਗੱਡੀ ਨਾ ਰੋਕ ਲੈਣ। ਚਲੋ ਜੀ, ਆਪਾਂ ਅੱਗੇ ਵਧੀ ਜਾਣਾ। ਗੱਡੀਆਂ ਅੱਗਿਓਂ ਵੀ ਆਉਂਦੀਆਂ ਪਈਆਂ ਅਤੇ ਸਾਡੇ ਇੱਧਰੋਂ ਵੀ ਜਾਂਦੀਆਂ ਪਈਆਂ। ਕਹਿ ਸਕਦੇ ਹਾਂ ਕਿ ਲੋਕ ਟੋਲ ਬਚਾਉਂਦੇ ਪਏ ਨੇ ਇੱਥੋਂ। ਥੋੜ੍ਹੀ ਕੁ ਵੀਡੀਓ ਆਪਾਂ ਫਾਸਟ ਕਰ ਲੈਂਦੇ ਹਾਂ। ਇੱਥੋਂ ਲੰਘਦੇ ਹੋਏ ਅੱਗੇ ਹੁਣ ਪਿੰਡ ਆ ਗਿਆ। ਉਹ ਸਾਹਮਣੇ ਨਿਸ਼ਾਨ ਸਾਹਿਬ ਲੱਭਦਾ ਪਿਆ, ਸਾਈਡ 'ਤੇ ਟਾਵਰ ਲੱਗਾ ਹੋਇਆ ਇੱਕ। ਸੋ ਅੱਗੇ ਆਪਾਂ ਵਧੀ ਜਾਣਾ, ਲੋਕ ਆਉਂਦੇ ਪਏ ਨੇ ਅੱਗਿਓਂ, ਆਪਣਾ ਟੋਲ ਬਚਾ ਰਹੇ ਨੇ। ਲਓ ਭਾਊ, ਰਸਤਾ ਹੁਣ ਖਤਮ ਹੀ ਹੋਣ ਵਾਲਾ। ਇੱਥੋਂ ਹੁਣ ਅੱਗਿਓਂ ਆਪਾਂ ਨਾ ਇੱਥੋਂ ਰਾਈਟ ਟਰਨ ਕਰ ਲੈਣਾ। ਲਓ ਜੀ, ਗੱਡੀ ਘੁਮਾਤੀ ਆਪਾਂ ਸੱਜੇ, ਆਸੇ ਪਾਸੇ ਘਰ ਨੇ ਲੋਕਾਂ ਦੇ, ਰਸਤਾ ਇੱਥੋਂ ਵੀ ਸਾਰਾ ਹੀ ਖਰਾਬ ਆ, ਬਟ ਗੱਡੀ ਚਲੀ ਜਾਂਦੀ ਆ ਸਮੂਥਲੀ ਵੈਸੇ। ਸੋ ਇੱਥੋਂ ਆਪਾਂ ਲੰਘਦੇ ਲੰਘਦੇ ਅੱਗੇ ਵਧੀ ਜਾਣਾ, ਸਾਡੀ ਮੰਜ਼ਿਲ ਸਾਹਮਣੇ ਆਉਣ ਵਾਲੀ ਆ, ਮੇਨ ਹਾਈਵੇ ਜ਼ਰਾ। ਓਏ ਹੋ ਜਾ ਸਾਈਡ 'ਤੇ ਪਤੰਦਰਾ, ਥੱਲੇ ਨਾ ਜੀ।
लो जी सामने आ गया मेन हाईवे, लैफ्ट साइड ते गुरु घर है। तो जे तुसी वो दूजी साइड तो भी आउंदे हो तो इत्थों राइट इत्थों होवोगे तुसी गुरु घर दे लागे। सो आपां हुण मेन हाईवे ते चढ़ गए हाँ। तो ये सी ए वीडियो जिहड़ी तुहानूं इस टॉल प्लाजे तो बचा सकती है। इस वीडियो नूं वध तो वध अपने यारां दोस्तां ते रिश्तेदारां तक शेयर जरूर कर दिओ तां जो वी अपना टॉल प्लाजा बचा सकन। तो इस वीडियो नूं लाइक भी वध तो वध कर दिओ तां जो आपां तुहाडे लई होर भी नवीआं वीडियो लैके आउंदे रहीए। सो इस दे नाल ही हुण सानूं दिओ इजाजत। धन्नवाद जी, सत श्री अकाल।